ਮੈਂ ਆਇਆ ਸੀ ਇੱਧਰ ਸੁਬਹਾ ਸੁਬਹਾ ਢਾਣੀ 'ਤੇ ਦਵਾਈ ਦੇਣ ਵਾਸਤੇ, ਅਤੇ ਠੰਡ ਇੰਨੀ ਕੁ ਜ਼ਿਆਦਾ ਹੋਈ ਪਈ ਆ, ਪੂਰੀ ਫੁੱਲ ਜ਼ਬਰਦਸਤ ਧੁੰਦ ਉਤਰੀ ਪਈ ਆ ਪੂਰੀ ਫੁੱਲ, ਉੱਧਰੋਂ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ, ਅਤੇ ਮੇਰਾ ਤਾਂ ਹੱਥ ਦੇਖੋ ਕਿਵੇਂ ਲਾਲ ਲਾਲ ਹੋਇਆ ਪਿਆ, ਸੁੰਨ ਹੋ ਗਿਆ ਰੇਸ ਵਾਲਾ ਹੱਥ ਜਿਹੜਾ, ਇੱਧਰ ਫੜਨੀ ਪੈਂਦੀ ਰੇਸ ਜੀ, ਅਤੇ ਮੈਂ ਰੋਕ ਹੀ ਲਿਆ ਇੱਥੇ, ਮੈਂ 2 ਮਿੰਟ ਖੜਦੇ ਹਾਂ ਚੱਲਦੇ ਹਾਂ ਫਿਰ। ਉਹ ਇੱਧਰ ਢਾਣੀਆਂ 'ਚ ਦਵਾਈ ਦੇਣ ਆਏ ਸੀਗੇ ਇੱਧਰ, ਅਤੇ ਚਾਰੇ ਪਾਸੇ ਧੁੰਦ ਹੀ ਧੁੰਦ, ਕੁਛ ਨਹੀਂ ਦਿਖਦਾ, ਦੇਖੋ ਤੁਸੀਂ ਇੱਧਰ ਫੁੱਲ। ਚਲੋ ਭਾਈ ਚੱਲਦੇ ਹਾਂ ਹੌਲੀ ਹੌਲੀ। ਕਣਕਾਂ ਨੂੰ ਵੈਸੇ ਵੱਧ ਫਾਇਦਾ ਨਹੀਂ ਧੁੰਦ ਦਾ ਅਤੇ ਠੰਡ ਦਾ, ਸਾਡੇ ਵਰਗੇ ਨੂੰ ਵਿਚਾਰੇ ਨੂੰ ਔਖਾ। ਸੁਬਹਾ ਸੁਬਹਾ ਅਸੀਂ ਆਏ ਬੈਠੇ ਗੋਨੀ ਕੇ ਘਰੇ ਚਾਹ ਪੀਣ ਵਾਸਤੇ, ਕੋਠੇ ਤੋਂ ਲਮਕਾ ਲੈਣੀ ਆ ਅੱਜ ਵਾ ਕੇ, ਜਿਹਨੂੰ ਪੱਗ ਬੰਨਣੀ ਹੁੰਦੀ, ਗੋਨੀ ਕਹਿੰਦਾ ਮੇਰੇ ਪੱਗ ਬੰਨ, ਇਹ ਕਹਿੰਦਾ ਪਹਿਲਾਂ ਚਾਹ ਪਿਆ, ਇਹ ਗੋਨੀ ਨੇ ਚਾਹ ਬਣਾ ਲਈ, ਖੋਲ ਲੈਣੂ ਬਸ ਵਾਧੂ ਆ ਮਿੰਦਾ ਇੰਨੀ ਯਾਰ, ਤੇ ਗੋਨੀ ਨੇ ਚਾਹ ਬਣਾ ਲਈ, ਕਹਿੰਦਾ ਪਹਿਲਾਂ ਚਾਹ ਪੀ ਕੇ ਫੇਰ ਹੀ ਪੱਗ ਬੰਨਾਂਗੇ, ਹੁਣ ਚਾਹ ਚੂ ਪੀ ਕੇ ਤੇ ਪੱਗ ਬੰਨ। ਮੌਸਮ ਤੇ ਚਾਹ ਪੀਣ ਜੋ ਜੀ ਬਹੁਤ ਕਰ ਰਿਹਾ ਜੇ ਨੇ ਪੱਗ ਨਾ ਬੰਨੀ ਸਹੀ ਕੋਨੀ, ਪਹਿਲਾਂ ਪਹਿਲਾਂ ਧਰ ਕੇ ਧੋਈ, ਉਦੋਂ ਬਾਅਦ ਫਿਰ ਇੱਧਰ ਲਮਕਾ ਦੀ ਪਰਲੇ ਬਸ, ਹਾਂ ਜਦੋਂ ਆਹ ਲਸਣ ਆਇਆ ਜਾਂ ਲਮਕਾ ਦੀ, ਇੱਧਰ ਲਸਣ ਲੱਗੇ ਪਏ ਜਿਹੜੇ ਡਰ ਗਿਆ ਯਾਰ ਜਵਾਕ ਡਰਾ ਦਾ, ਕਹਿੰਦਾ ਮੈਂ ਤਾਂ ਪੱਗ ਹੀ ਨੀ ਬੰਨਦਾ ਯਾਰ, ਨਾ ਮੰਨਦੇ ਕੋਈ ਨੀ ਯਾਰ, ਐਡੀ ਭੈੜੀ ਵੀ ਨੀ ਕਰਦੇ ਯਾਰ, ਆਈ ਨੀ ਤੂੰ ਰਿਸ਼ਤੇਦਾਰ ਬੰਦਾ ਫਿਰ ਵੀ ਸਾਡਾ, ਇੱਕ ਦੋ ਤਾਂ ਲਾ ਦਾਂਗੇ ਚੱਲ ਕੋਈ ਨੀ, ਬਾਲੀਆਂ ਨੀ ਉਹ ਕਰਦੇ ਜਵਾਕ ਜਿਹਾ ਪੱਗ ਬੰਨਣ ਲੱਗਾ, ਦੇਖਦੇ ਹੁਣ ਕੀ ਪੱਗ ਤਾਂ ਉਹੀ ਬੰਨੂਗਾ, ਮਾਸੀ ਕਹਿੰਦੀ ਉਹਨੂੰ ਕੀ ਪਤਾ ਜਵਾਕ ਨੂੰ ਪੱਗ ਤਾਂ ਇਹਨੇ ਬੰਨਣੀ ਹੈ, ਇਹਦਾ ਰੱਸਾ ਬਣਾ ਦਾ ਇਹਨੇ ਤਾਂ ਬਾਈ, ਇਹ ਕਿਹੜੀ ਪੱਗ ਬੰਨੂਗਾ ਮੈਨੂੰ ਲੱਗਦਾ ਯਾਰ, ਵੀ ਬੇਇੱਜ਼ਤੀ ਕਰਾਓ ਤੇਰੀ ਵੀ ਯਾਰ, ਛੇਤੀ ਬੰਨ ਦੋ ਮੈਂ ਜਾਣਾ ਮਰੀਜ਼ ਆਏ ਬੈਠੇ, ਤੂੰ ਤਾਂ ਇੱਥੇ ਖੇਡਾਂ ਹੀ ਕਰੀ ਜਾਂਦੇ ਯਾਰ, ਉਹ ਬੰਨ ਲੈਣਾ ਕੋਈ ਨੀ, ਐਡਾ ਕੀ ਵਿਆਹ 'ਚ ਜਾਣਾ ਤੂੰ, ਜਿਹੜੀ ਉਹ ਵਾਲ ਵੱਟ 'ਚ ਕੱਢੀ ਜਾਂਦਾ ਇਹਦੇ 'ਚ, ਆਪਾਂ ਤਾਂ ਦੇਖਣਾ ਹੀ ਵੀ ਗੱਪ ਮਾਰਦਾ ਕਿ ਸੱਚੀ ਬੰਦਾ, ਲੱਗਦਾ ਤਾਂ ਗੱਪੀ ਆ ਬੰਦਾ। ਚਾਹ ਪੀ ਲਈ ਮਾਂ ਤੂੰ, ਚਾਹ ਪੀ ਲਈ? ਹਾਂ ਭਈ ਲੈ ਜੋ, ਅੱਜ ਤਾਂ ਪੀ ਲਈ, ਉਹੀ ਬੰਨਦੇ ਆ ਰੁਮਾਲ ਨੂੰ ਕੀ ਹੋਇਆ, ਮਤਲਬ ਗੱਪੀ ਆ ਯਾਰ, ਕਿਹੜਾ ਬੰਨ ਹੈਗਾ, ਹੁਣੇ ਐਡਾ ਵੱਡਾ ਕੱਪ ਮਾਰ ਕੇ ਆੜਾ, ਕਹਿੰਦਾ ਜਿਹੜੀ ਮੇਰੇ ਬੈਲਟ ਪਾਈ ਆ, ਕਹਿੰਦਾ ਮਗਰਮੱਛ ਦੇ ਚਮੜੇ ਦੀ ਬਣੀ, ਬਸ ਉਹ ਦੇਖ ਦੁਕਾਨ ਤੇ ਮਰੀਜ਼ ਬੈਠੇ, ਮੈਂ ਤਾਂ ਜਾਂਦਾ ਫਿਰ, ਆ ਚੱਲੀਏ ਆਪਾਂ ਯਾਰ, ਆ ਚੱਲਦੇ ਆ।
ਜਦੋਂ ਪੱਗ ਬੰਨਦੀ ਫੋਟੋ ਖਿੱਚ ਕੇ ਮੇਰੇ ਕੋਲ ਭੇਜ ਦੀ ਚੰਗਾ ਵੀ ਦੇਖਾਂਗੇ ਕਿਹੋ ਜਿਹੀ ਬੰਨੀ ਅਸੀਂ ਵਲੌਗ ਚ ਪਾ ਦਾਂਗੇ ਵੀ ਹਾਂ ਵਾਕਈ ਬੰਨਣੀ ਆਉਂਦੀ ਹੈ ਮੁੰਡੇ ਨੂੰ ਪੱਗ ਚਲੋ ਭਾਈ ਚੱਲਦੇ ਹਾਂ ਮੇਰੀ ਦੁਕਾਨ ਤੇ ਆਏ ਬੈਠੇ ਮਰੀਜ਼ ਫੋਨ ਆ ਗਿਆ ਦੁਕਾਨ ਤੋਂ ਦੁਕਾਨ ਤੇ ਵੀ ਕੰਮ ਪਿਆ ਤੇ ਅਸੀਂ ਤਾਂ ਜਾਂਦੇ ਆਪੇ ਬੰਨੀ ਆਣਗੇ ਪੱਗ ਪਿੱਛੇ ਗੋਨੀ ਕੇ ਘਰੇ ਫੁੱਲ ਦੇਖੋ ਕਿੰਨੇ ਸੋਹਣੇ ਲੱਗੇ ਮੋਰਨੀ ਵਾਲੇ ਫੁੱਲ ਇਹ ਆਹ ਫੁੱਲ ਵਾਲੇ ਘੈਣਾ ਦੇਖ ਕਿੰਨੇ ਸੋਹਣੇ ਹੋਏ ਯੈਲੋ ਯੈਲੋ ਤੋੜ ਤੋੜ ਕੇ ਕਿਉਂ ਖਰਾਬ ਕਰਦਾ ਭਰਾਵਾ ਕਿਉਂ ਪਾਪ ਕਰਦਾ ਸਵੇਰੇ ਸਵੇਰੇ ਦੇਖ ਲਓ ਉਹ ਵਿਚਾਰਾ ਸੋਹਣਾ ਖਿੜਿਆ ਪਿਆ ਫੁੱਲ ਖਿੜਿਆ ਰਹਿਣ ਆਹ ਵੀ ਦੇਖ ਲਓ ਬਾਹਲੀ ਸੋਹਣੀ ਮਸ਼ੀਨ ਵਿਚਾਰੀ ਇੱਧਰ ਵੀ ਫੁੱਲ ਫੁੱਲ ਲਾ ਰੱਖੇ ਪੱਥਰ ਚੱਟ ਹੁਣ ਦੱਸ ਫਿਰ ਦੱਸ ਫਿਰ ਵਲੌਗ ਚ ਪਾਵਾਂਗੇ ਕੰਮ ਦੀ ਗੱਲ ਹੋਈ ਤਾਂ ਸੁਬਾਹ ਸੁਬਾਹ ਮੈਂ ਨਾਈ ਕੋਲ ਜਾ ਕੇ ਬਾਲ ਕਟਵਾਏ ਤੇ ਬਾਲਾਂ ਲਾ ਰੱਖਿਆ ਕਲਰ ਤਾਂ ਮੈਨੂੰ ਚੜੀ ਪਈ ਪੂਰੀ ਕੰਬਣੀ ਕਿਉਂਕਿ ਕਲਰ ਲਾਉਣ ਨਾਲ ਠੰਡਾ ਠੰਡਾ ਹੋ ਗਿਆ ਸਰੀਰ ਚ ਸਾਰਾ ਸਿਰ ਚ ਤੇ ਕੰਬਣੀ ਚੜੀ ਪਈ ਬਣਾਉਣ ਪੂਰੀ ਫੁੱਲ ਤੇ ਪਾਣੀ ਰੱਖਦਾ ਮੈਂ ਗਰਮ ਗੀਜਰੇ ਚ ਅੱਗ ਬਾਲਤੀ 10-15 ਮਿੰਟਾਂ ਤੱਕ ਪਾਣੀ ਹੋ ਜਾਂਦਾ ਗਰਮ ਇੰਨੇ ਰੋਟੀ ਰੋਟੀ ਖਾ ਲਈਏ ਆਪਾਂ ਲਓ ਜੀ ਚੱਲ ਪਈ ਅੱਗ ਜੀ ਆਪਣੀ ਮੈਂ 10-15 ਮਿੰਟਾਂ ਤੱਕ ਗਰਮ ਹੋ ਜਾਊ ਪਾਣੀ ਪੂਰਾ ਫੁੱਲ ਅਤੇ ਇੱਧਰ ਅੱਜ ਬਣਾਏ ਮੂਲੀ ਵਾਲੇ ਪਰੌਂਠੇ ਜਿਹੜੀਆਂ ਮੂਲੀਆਂ ਕੱਲ੍ਹ ਹੈਪੀ ਦੇ ਕੇ ਗਏ ਸੀ ਉਹਨਾਂ ਦੀ ਇੱਧਰ ਮੂਲੀਆਂ ਦੀ ਸਬਜ਼ੀ ਅਤੇ ਮਲਾਈ ਅਤੇ ਨਾਲ ਪਰੌਂਠੇ ਇੰਨੀ ਠੰਡ 'ਚ ਦੁਪਹਿਰੇ ਦੁਪਹਿਰੇ ਨਹਾ ਲਏ ਆਪਾਂ ਗਰਮ ਗਰਮ ਪਾਣੀ ਨਾਲ ਅਤੇ ਕੰਬਣੀ ਚੜ੍ਹੀ ਪਈ ਸੀ ਮੈਨੂੰ ਤਾਂ ਇੱਧਰ ਜਵਾਕਾਂ ਨੂੰ ਠੰਡ 'ਚ ਗੁੱਲੀ ਡੰਡਾ ਖੇਡਣ ਦੀ ਹੋਈ ਪਈ ਹੈ ਕੀ ਕਰਦੇ ਮੰਡੀ ਆ ਨਾ ਮੰਡੀ ਮੰਡੀ ਆ ਨਾ ਮੈਂ ਤਾਂ ਜਾਂਦਾ ਬਰਾਜ ਚੱਲੀਏ ਚੱਲੀਏ ਨਾਲ ਗੋਨੀ ਚੱਲੂਗਾ ਮੋਟਰਸਾਈਕਲ 'ਤੇ ਜਾਵਾਂ ਹੋਰ ਕੀ ਸਕੋਰਪੀਓ 'ਤੇ ਜਾਵਾਂਗੇ ਕਿਹਦੀ ਹੋਰ ਟੱਟੀਆਂ ਲੱਗੀਆਂ ਵੀ ਪੇਟ 'ਚ ਦਰਦ ਹੁੰਦਾ ਲੈਟਰੀਆਂ ਵੀ ਲੱਗੀਆਂ ਮੈਨੂੰ ਪਤਾ ਦੱਸ ਦੇ ਫਿਰ ਕੇ ਵੀਡੀਓ ਬਣੀ ਫਿਰ ਵੀਡੀਓ ਸੰਗਦਾ ਕਿਉਂ ਲੱਗੀਆਂ ਤਾਂ ਲੱਗੀਆਂ ਕਿੱਡੀ ਗੱਲ ਦਾ ਬੋਤਲ ਲਾਉਣੀ ਨਹੀਂ ਠੰਡ 'ਚ ਟੀਕਾ ਲਾ ਦਾਂਗੇ ਬੋਤਲ ਨੂੰ ਕੀ ਛੱਡ ਹੁਣ ਜਾ ਰਿਹਾ ਮੰਡੀ ਮੈਂ ਤੇ ਗੋਨੀ ਇੰਨੀ ਠੰਡ 'ਚ ਦੇਖ ਲਓ ਤੁਸੀਂ ਗੋਨੀ ਨੂੰ ਮੈਂ ਤਾਂ ਗਲਾਵ 'ਚ ਚੜਾ ਲਾ ਚੱਲ ਕੁਛ ਨਾ ਕੁਛ ਤਾਂ ਬਚੇਗਾ ਹੱਥਾਂ ਤੋਂ ਮੈਨੂੰ ਤਾਂ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ ਧੁੱਪ ਹੀ ਤਾਂ ਦੇਖੀ ਨਹੀਂ ਕਿੰਨੇ ਦਿਨ ਹੋ ਗਏ ਦੋ ਦਿਨ ਹੋ ਗਏ ਤਿੰਨ ਦਿਨ ਦੋ ਤਿੰਨ ਦਿਨ ਹੋ ਗਏ ਧੁੱਪ ਹੀ ਸੂਰਜ ਜਿਹਾ ਨਿਕਲਿਆ ਹੀ ਨਹੀਂ ਗੱਲਾਂ ਦਾ ਜਾਵੇ ਬਹੁਤ ਰੇ ਤਾਂ ਚੀਜ਼ ਇੱਕ ਕਿਹੜੀ ਚੀਜ਼ ਇਹਦਾ ਗੱਡੀ ਫਿਰ ਉਹੀ ਚੱਕ ਲਿਆ ਜਾ ਯਾਰ ਐਵੇਂ ਗੱਡੀ ਥੱਲੇ ਪੜਵਾ ਦੇਣੀ ਕਿਸੇ ਥੱਲੇ ਗੋਨੀ ਕਹਿੰਦਾ ਮੈਨੂੰ ਨੀ ਠੰਡ ਲੱਗਦੀ ਦਸਤਾਨੇ ਲਾ ਕੇ ਉਹਨੇ ਮੈਨੂੰ ਆਹ ਫੜਾ ਦੇ ਕਹਿੰਦਾ ਚੱਕ ਤੇਰੇ ਦਸਤਾਨੇ ਠੰਡ ਤਾਂ ਲੱਗਦੀ ਕਹਿੰਦਾ ਛੂਟ ਨੀ ਕਰਦੇ ਛੂਟ ਹੋਰ ਕਿਵੇਂ ਕਰਨਗੇ ਦੱਸ ਹੱਥ ਮੋਟਾ ਇਹ ਲੱਗਣ ਲੱਗ ਜਾਂਦਾ ਭਾਰੀ ਭਾਰੀ ਇੱਧਰ ਗੁਆਵਾ ਦਾ ਬਾਗ ਗੁਆਵਾ ਮਤਲਬ ਅਮਰੂਦ ਜਿਹਨਾਂ ਨੂੰ ਨਹੀਂ ਪਤਾ ਅਮਰੂਦਾਂ ਦਾ ਬਾਗ ਸੰਤਰਾ ਹੁੰਦਾ ਕਿੰਨੀ ਸ਼ਰਤਰਾ ਸਾਡੇ ਭਾਰਤ ਤੋਂ ਤੇਰੇ ਭਾਰਤ ਚਾਹੇ ਤੂੰ ਆਲੂ ਪਹਿਲਾਂ ਅਸੀਂ ਜਦੋਂ ਓਰੀਜਨਲ ਸੰਤਰਾ ਦੇਖੇ ਨੀ ਕਿਹੋ ਜਿਹਾ ਸਾਡੇ ਤਾਂ ਪਿੰਡ ਚ ਏਸੀ ਨੂੰ ਸੰਤਰਾ ਕਹਿ ਦਿੰਦੇ ਏਸੀ ਨੂੰ ਕਿੰਨੂ ਕਹਿ ਦਿੰਦੇ ਅੱਛਾ ਤਾਂ ਹੀ ਇਹਨੂੰ ਕਿੰਨੂ ਕਹਿੰਦੇ ਹਨਾ ਸੰਤਰਾ ਨੀ ਹੈਗਾ ਇਹ
ਮੇਰਾ ਤਾਂ ਹੱਥ ਸੁਣਨਾ ਹੋ ਗਿਆ ਫੋਨ ਫੜਿਆ ਜਿਹੜੇ ਹੱਥ 'ਚ ਮੈਂ ਜੇਬ 'ਚ ਪਾ ਲਾ ਭਰਾਵਾ ਅਤੇ ਗਲਾਵ 'ਚ ਚੜਾ ਲਾ ਕਿਤੇ ਫੋਨ 'ਚ ਥੱਲੇ ਡਿੱਗ ਪਏ ਤੰਗੀ ਹੁਣ ਚੱਲੀਆਂ ਦੀਆਂ ਲਿਆ ਵੀ ਨਹੀਂ ਜਾਣਾ ਹੋਰ ਪਹਿਲਾਂ ਵਾਲਾ ਵੀ ਵਿਚਾਰੇ ਦਾ ਕਿਸ਼ਤਾਂ 'ਤੇ ਲਿਆ ਹੋਇਆ ਅੱਖਾਂ 'ਚ ਪਾਣੀ ਆਉਣ ਲੱਗ ਗਿਆ ਹੌਲੀ ਹੌਲੀ ਜਾਈਏ ਨਾਲੇ ਮੈਂ ਮੰਡੀ ਜਾ ਕੇ ਅਸੀਂ ਆ ਕੇ ਵਾਪਸ ਘਰੇ ਅਤੇ ਮੰਡੀ ਕੋਈ ਵੀਡੀਓ ਬਣਾਈ ਨਹੀਂ ਕਿਉਂਕਿ ਠੰਡ ਸੀਗੀ ਬਾਹਲੀ ਅਤੇ ਸਾਨੂੰ ਆਏ ਸੀ ਵੀ ਫਟਾਫਟ ਵਾਪਸ ਚੱਲੀਏ ਘਰੇ ਕਿਤੇ ਜ਼ਿਆਦਾ ਧੁੰਦ ਧੁੰਦ ਨਾ ਉਤਰਨ ਲੱਗ ਜਾਏ ਅਤੇ ਠੰਡ ਦਾ ਕਰਕੇ ਮੇਰਾ ਸੂਪ ਪੀਣ ਨੂੰ ਜੀ ਕਰੀ ਜਾਂਦਾ ਸੀ ਸੂਪ ਵਾਲੀ ਰੇਹੜੀ ਅਸੀਂ ਬਥੇਰਾ ਭਾਲੀ ਮੰਡੀ 'ਚ ਬਥੇਰਾ ਭਾਲੀ ਸਾਨੂੰ ਕਿਤੇ ਨਾ ਮਿਲੀ ਅਤੇ ਜਦੋਂ ਅਸੀਂ ਮੰਡੀ ਵਾਪਸ ਤੁਰਨ ਲੱਗੇ ਉਦੋਂ ਬਾਬਾ ਟੱਕਰਿਆ ਸਾਨੂੰ ਸੂਪ ਵਾਲਾ ਮੈਂ ਚੱਲ ਹੁਣ ਤਾਂ ਚੱਲਦੇ ਛੱਡ ਫਾੜਾ ਹੁਣ ਤਾਂ ਕਿਵੇਂ ਫਿਰ ਕਦੇ ਦੇਖਾਂਗੇ ਅਤੇ 12ਵੇਂ ਮਹੀਨੇ ਦੀ 15 ਤਰੀਕ ਨੂੰ ਸੀਗਾ ਗੁੱਡੂ ਦਾ ਬਰਥਡੇ ਅਤੇ ਮੈਡਮ ਉਦੋਂ ਹੋ ਗਏ ਸੀ ਬਿਮਾਰ ਅਤੇ ਗੁੱਡੂ ਨੂੰ ਕੋਈ ਗਿਫਟ ਵਗੈਰਾ ਕੋਈ ਦਿੱਤਾ ਨਹੀਂ ਗਿਆ ਬਰਥਡੇ 'ਤੇ ਅੱਜ ਲੈ ਕੇ ਆਏ ਸੀ ਉਹਦੇ ਵਾਸਤੇ ਮੈਂ ਚੇਅਰ ਨਾ ਇੱਧਰ ਬੰਦਾ ਮੇਰੀ ਨਕਲ ਕਰੀ ਜਾਂਦਾ ਕਹਿੰਦਾ ਐਂ ਕਰਕੇ ਕੈਮਰਾ ਫੜਿਆ ਕਿਵੇਂ ਫੜਿਆ ਸੀ ਦੱਸ ਦੇ ਐਂ ਫੜਿਆ ਕੈਮਰਾ ਤੈਨੂੰ ਕੀ ਪਤਾ ਇਹ ਗੁੱਡੂ ਵਾਸਤੇ ਲੈ ਕੇ ਆਉਂਦੀ ਆਹ ਚੇਅਰ ਲੈਣੀ ਤਾਂ ਇੱਕ ਸੀ ਗੁੱਡੂ ਵਾਸਤੇ ਫਿਰ ਮੈਂ ਕਿਹਾ ਡੁੱਗੂ ਵੀ ਨਾਲ ਲੜੂਗਾ ਦੋ ਹੀ ਲੈ ਲੈਂਦੇ ਮੈਂ ਕਿਹਾ ਚਲੋ ਇੱਕੋ ਜਿਹੀ ਸੇਮ ਸੇਮ ਅਤੇ ਦੋਨਾਂ ਵਾਸਤੇ ਇੱਕ ਲਿਆਂਦੀ ਉਹ ਨਿੱਕੇ ਜਵਾਕਾਂ ਵਾਸਤੇ ਆ ਇੰਨੀ ਕੀ ਸਿੱਖਣਗੇ ਉਹ ਕਿਹੜਾ ਡੁੱਗੂ ਨੂੰ ਤਾਂ ਆਉਂਦੀ ਹੈ ਸਾਰੀ ਪਰ ਗੁੱਡੂ ਦੇਖੋ ਚੇਅਰ ਦੇਖ ਕੇ ਖੁਸ਼ ਹੋ ਗਿਆ ਚੱਕ ਚੱਕ ਕੇ ਦੇਖੀ ਜਾਂਦਾ ਬੈਠ ਕੇ ਤਾਂ ਦੇਖ ਉੱਪਰ ਬੈਠ ਕੇ ਦੇਖ ਹਾਂ ਚੇਅਰ ਆ ਗਈ ਨਵੀਂ ਚੇਅਰ ਆ ਗਈ ਹਾਂ ਓਏ ਇਹਦੇ ਵਾਸਤੇ ਵਿਚਾਰੀ ਵਾਸਤੇ ਕੁਛ ਨਹੀਂ ਕਰਿਆ ਨਾ ਹੀ ਕੇਕ ਕੱਟਿਆ ਗਿਆ ਐਤਕੀ ਇਹਦਾ ਬਰਥਡੇ 'ਤੇ ਡੁੱਗੂ ਵਾਰੀ ਤਾਂ ਕੇਕ ਕੱਟਿਆ ਸੀ ਮੰਮਾ ਦੱਸਣ ਗਈ ਮੰਮੀ ਆਹ ਲਿਆਂਦੀ ਆ ਕੀ ਲਿਆਂਦੀ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਹੈਗੇ ਨੈਕਸਟ ਡੇ ਦੂਸਰਾ ਦਿਨ ਅਤੇ ਸੁਬਹਾ ਸੁਬਹਾ ਠੰਡ ਇੰਨੀ ਜ਼ਿਆਦਾ ਹੁੰਦੀ ਹੈ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਬਸ ਅਸੀਂ ਹੌਲੀ ਸਲਾਹ ਸਲੂਹਾਂ ਕਰਦੇ ਗੁਰਦੇ ਰਜਾਈ 'ਚੋਂ ਨਿਕਲਦੇ ਹਾਂ ਫਿਰ ਬਾਹਰ ਆ ਕੇ ਅਤੇ ਹਜੇ ਇੱਕ ਝਾੜੂ ਲਾਈਏ ਅਤੇ ਕਈ ਨਿਕ ਥਾਂ 'ਚ ਲਾਈਏ ਬਾਹਰ ਬਾਕਰ ਅਤੇ ਹੁਣ ਧੂਣੀ ਸੇਕ ਲਈ ਲਵਾਂ ਚਾਹੀ ਅੱਗ ਜੀ ਕਰਦੇ ਰੈਡੀ 1 2 ਸਟਾਰਟ ਹੁਣ ਧੂਣੀ ਪਾ ਲਾਂਗੇ ਇੱਥੇ ਇੰਨਾ ਕੁ ਕੰਮ ਹੀ ਕਰ ਲਿਆ ਸਾਰੇ ਕਾਗਜ਼ ਕੁਗਜ਼ ਚੁੱਕ ਕੇ ਜਿੰਨੇ ਵੀ ਪਏ ਆ ਗਰਮੀਆਂ 'ਚ ਇੱਥੇ ਲਿਫਾਫੇ ਲਿਫਾਫੇ ਉੱਡਦੇ ਰਹਿੰਦੇ ਅਤੇ ਸਿਆਲ 'ਚ ਲਿਫਾਫਾ ਦੇਖਣ ਨੂੰ ਨਹੀਂ ਥਿਆਉਂਦਾ ਗਲੀਆਂ 'ਚ ਆਂਢੀ ਗੁਆਂਢੀ ਸਭ ਚੁੱਕ ਚੁੱਕ ਕੇ ਲੈ ਜਾਂਦੇ ਕੁਛ ਅਸੀਂ ਚੁੱਕ ਕੇ ਮਚਾ ਦਿੰਦੇ ਇੱਥੇ ਮੀਂਹ ਆਈ ਜਾਂਦਾ ਆਊਗਾ ਮੀਂਹ ਆ ਕੇ ਤਾਂ ਸਗੋਂ ਵਧੀਆ ਧੁੰਦ ਜੀ ਚੱਕੀ ਜਾਓ ਮੌਸਮ ਸਾਫ਼ ਹੋ ਜਾਊ ਪਈ ਕਿਉਂ ਨਹੀਂ ਦੇਖੋ ਇੱਧਰ ਆ ਇੱਥੇ ਨਹੀਂ ਲੱਗਦੀ ਪਿੰਡ 'ਚ ਉਹ ਦੇਖ ਬਾਹਰ ਕੁਛ ਨਹੀਂ ਦਿੰਦਾ ਉੱਧਰ ਮਚਾ ਲਾ ਮਿਲਾ ਉਹਨੂੰ ਠਰ ਜਾਵਾਂਗੇ ਜਦੋਂ ਦੂਰ ਜਾਏਗਾ ਹੱਥ ਕੰਬਣ ਲੱਗ ਗਿਆ ਮੇਰਾ ਤਾਂ ਹਵਾ ਚੱਲੀ ਜਾਂਦੀ ਬਾਹਰ ਠੰਡੀ ਹੈ ਨਾ ਲਿਫਾਫੇ ਨੂੰ ਇੱਕ ਨੂੰ ਹੀ ਲਾਉਣੀ ਹੈ ਫਿਰ ਆਪਾਂ ਕਿਹੜਾ ਸਾਰਿਆਂ ਨੂੰ ਲਾਉਣੀ ਪੈਟਰੋਲ ਪਾਉਣ ਲਾਉਂਦਾ ਸਿਰ ਤਾਂ ਪੈਟਰੋਲ ਪਾ ਕੇ ਵਾਲੀ ਸਿਰੀ ਚੱਲਦੀ ਹੈ ਬੀੜੀ ਪੀਣ ਵਾਲਾ ਕੋਈ ਜੁਗਾੜ ਕਰਨਾ ਹੋਵੇ ਹੱਥ ਜੇ ਕਰਕੇ ਲਾਉਂਦੇ ਹੁੰਦੇ ਭਾਵੇਂ ਨੇਰ ਵਗਦਾ ਹੋਵੇ ਵੀੜੀ ਲਾ ਹੀ ਲੈਣੀ ਉਹਨਾਂ ਨੇ ਲਾਉਣਗੇ ਵੀ ਇੱਕ ਤੀਲ 'ਚ ਬਾਲਾ ਬੜਾ ਤਰੀਕਾ ਹੁੰਦਾ ਉਹਨਾਂ ਦਾ 80 ਦੇ ਮੋਟਰਸਾਈਕਲ ਜਾਂਦਾ ਸੀ ਮੈਨੂੰ ਕਹਿੰਦੇ ਨੂੰ ਬੀੜੀ ਲਾ ਕੇ ਦਿਖਾ ਮੇਰੇ ਮਗਰ ਪਤਾ ਕਿਹੜਾ ਬੈਠ ਮਾਲ ਲਾ ਕੇ ਦਿਖਾ ਮੰਨ ਜੀ ਤੈਨੂੰ ਮੈਂ ਡੱਕਰ ਤਾਂ ਹੋਰ ਫਿਰ ਵੀ ਲਾ ਲਈ ਸੌਣ ਲੱਗਿਓ ਤੇ ਬੇਨਤੀ ਬੁਲਾਈ ਆ ਜੇ ਤੂੰ ਤਾਂ ਕੋਚਿੰਗ ਕਾਲਜ ਜਾ ਰਿਹਾ ਹੈ ਕਈ ਦਿਨਾਂ ਬਾਅਦ ਅੱਜ ਸੁਬਹ ਸੁਬਹਾ ਆ ਕੇ ਡੁੱਗੂ ਦਾ ਫੋਨ ਕਹਿੰਦੀ ਡੈਡੀ ਮੈਨੂੰ ਆ ਕੇ ਲੈ ਜਾਓ ਰੋਈ ਜਾਂਦੀ ਸੀ ਫੋਨ ਤੇ ਕਹਿੰਦੀ ਮੇਰਾ ਜੀ ਨੀ ਲੱਗਦਾ ਇੱਥੇ ਅੱਧੀ ਵਾਟ ਕਹਿੰਦੀ ਚਾਚੂ ਛੱਡ ਜੂ ਅੱਧੀ ਵਾਟ ਤੁਸੀਂ ਆ ਜਾਓ ਮੈਂ ਚਲਾ ਜਾਂਦੇ ਹਾਂ
ਤੇ ਮੈਂ ਪਾਣੀ ਪੂਣੀ ਗਰਮ ਕਰੀ ਜਾਂਦਾ ਸੀ ਤੇ ਮੈਂ ਨਹਾ ਧੋ ਕੇ ਤੇ ਧੁੱਪ ਜੀ ਚੜ੍ਹੀ ਤੋਂ ਚੱਲਾਂਗੇ ਤੇ ਪਾਣੀ ਗਰਮ ਕਰਦੇ ਦਾ ਹਾਲ ਦੇਖੋ ਮੇਰਾ ਕੀ ਹੋ ਗਿਆ, ਸਾਰੀ ਉੱਤੇ ਸਵਾਹ ਹੀ ਸਵਾਹ ਪੈ ਗਈ ਕਿਉਂਕਿ ਉਹਦੇ 'ਚ ਲੱਕੜਾਂ ਜਿਹਾ ਲਾਈ ਜਾਂਦਾ ਸੀ ਖੜ੍ਹਾ ਉੱਥੇ ਅਤੇ ਸਾਰੀ ਸਵਾਹ ਉੱਡ ਉੱਡ ਕੇ ਮੇਰੇ ਉੱਤੇ ਪੈ ਗਈ। ਪਾਣੀ ਮੈਂ ਕਰਤਾ ਪੂਰਾ ਫੁੱਲ ਗਰਮ ਅਤੇ ਨਹਾ ਲਈਏ ਆਪਾਂ ਨਹਾ ਕੇ ਫਿਰ ਚੱਲਦੇ ਹਾਂ ਡੁੱਗੂ ਨੂੰ ਲੈਣ ਅੱਗੇ। ਅਤੇ ਗੁੱਡੂ ਤਾਂ ਮੈਡਮ ਤਾਂ ਕਈ ਦਿਨ ਹੋ ਗਿਆ ਆਇਆ ਨੂੰ ਇੱਥੇ, ਅਤੇ ਡੁੱਗੂ ਉਦੋਂ ਉੱਥੇ ਰਹਿ ਪਿਆ ਸੀ, ਕਹਿੰਦਾ ਮੈਂ ਆਉਂਦਾ ਨਹੀਂ ਮੇਰੇ ਸਕੂਲ ਦੀਆਂ ਛੁੱਟੀਆਂ, ਕਹਿੰਦੀ ਮੈਂ ਬਾਅਦ 'ਚ ਆ ਜਾਊਂ, ਮੈਂ ਚੱਲ ਠੀਕ ਹੈ ਹੁਣ ਅੱਜ ਕੱਲ੍ਹ ਮੈਨੂੰ ਆ ਕੇ ਲੈ ਲਈ। ਪਾਣੀ ਪੂਰਾ ਫੁੱਲ ਗਰਮ ਕਰਤਾ ਅਤੇ ਉਬਾਲੇ ਮਾਰੀ ਜਾਂਦਾ ਪਾਣੀ ਅਤੇ ਸਵਾਹ ਉੱਡ ਉੱਡ ਕੇ ਦੇਖੋ ਕਿਵੇਂ ਬੁਰਾ ਹਾਲ ਹੋ ਗਿਆ ਇੱਥੇ ਸਾਰਾ। ਸੁਬਾਹ ਡੁੱਗੂ ਨੇ ਫੋਨ ਕਰਿਆ, ਕਹਿੰਦਾ ਡੈਡੀ ਮੈਨੂੰ ਆ ਕੇ ਲੈ ਜਾਓ, ਮੇਰਾ ਜੀ ਨਹੀਂ ਲੱਗਦਾ, ਕਹਿੰਦੀ ਅੱਧੀ ਵਾਟ ਚਾਚੂ ਆ ਜਾਓ, ਅੱਧੀ ਵਾਟ ਤੁਸੀਂ ਆ ਜਾਓ। ਮੈਂ ਚੱਲ ਠੀਕ ਹੈ, ਮੈਂ ਨਹਾ ਧੋ ਕੇ ਤਿਆਰ ਵੀ ਹੋ ਗਿਆ, ਮੈਂ ਡਿੱਕੀ ਜਾਂਦਾ ਸੀ, ਮੈਂ ਚਲੋ ਜਦੋਂ ਉੱਧਰੋਂ ਉਹ ਤੁਰਨਗੇ ਉਦੋਂ ਹੀ ਮੈਂ ਤੁਰ ਪਊਂ ਇੱਥੋਂ। ਅਤੇ ਦੁਪਹਿਰ ਦੇ 2 ਵਜ ਕੇ ਡੀਕ ਹੁਣ ਮੈਂ ਲਾਇਆ ਉਹਨਾਂ ਨੂੰ ਫੋਨ ਅਤੇ ਕਹਿੰਦੇ ਵੀ ਅੱਜ ਅਸੀਂ ਆਉਂਦੇ ਹੀ ਨਹੀਂ, ਅਤੇ ਮੰਮੀ ਡੈਡੀ ਦੇ ਕਹਿੰਦੇ ਅਸੀਂ ਆਪੇ ਸਵੇਰੇ ਛੱਡ ਜਾਵਾਂਗੇ ਇੱਥੇ, ਵਰਜੀ ਆ ਜਾਵਾਂਗੇ ਮੋਟਰਸਾਈਕਲ 'ਤੇ, ਨਾਲੇ ਇੱਕ ਅੱਧੀ ਰਾਤ ਲਾ ਜਾਵਾਂਗੇ ਰਹਿ ਜਾਵਾਂਗੇ ਇੱਥੇ। ਮੈਂ ਚੱਲ ਦੇਖ ਲਓ ਜਿਵੇਂ ਤੁਹਾਡੀ ਇੱਛਾ। ਅਤੇ ਕਹਿੰਦੇ ਹੁਣ ਤਾਂ ਰੋਈ ਰੂਈ ਤਾਂ ਹੈ ਨਹੀਂ, ਖੇਡਦੀ ਫਿਰਦੀ ਹੈ, ਅਤੇ ਉਹਨੂੰ ਕਹਿ ਤਾ ਵੀ ਸਵੇਰੇ ਛੱਡ ਆਵਾਂਗੇ, ਕਹਿੰਦੀ ਚੱਲ ਕੋਈ ਗੱਲ ਨਹੀਂ। ਅਤੇ ਮੈਂ ਉਹੀ ਨਹਾ ਧੋ ਕੇ ਸਵੇਰ ਦਾ ਡਿੱਕੀ ਉਹਨਾਂ ਨੂੰ ਵੀ ਚੱਲਾਂਗੇ। ਮੈਂ ਤਾਂ ਇੱਧਰ ਫਰਾਰੀ ਵੀ ਬਾਹਰ ਕੱਢ ਰੱਖੀ ਸੀਗੀ, ਮੈਂ ਚੱਲਾਂਗੇ ਜਦੋਂ ਫੋਨ ਕਰਤਾ ਉਦੋਂ ਹੀ ਤੁਰ ਪਾਂਗੇ ਇੱਥੋਂ। ਅਤੇ ਹੁਣ ਉਹ ਆਉਣਗੇ ਸਵੇਰੇ। ਲੈ ਤੂੰ ਬੋਲ ਲਾ ਭਰਾਵਾ, ਪਹਿਲਾਂ ਇਹ ਕਾਹ ਫਿਰਦਾ, ਇਹ ਕਾਹ ਬੈਠਾ, ਇੱਕ ਉਹ ਫਿਰਦਾ। ਪਿੰਡ ਤਾਂ ਜਾਣਾ ਨਹੀਂ ਡੁੱਗੂ ਨੂੰ ਲੈਣ ਵਾਸਤੇ, ਅਤੇ ਮੈਨੂੰ ਬੈਠੇ ਬੈਠੇ ਲੱਗੇ ਭੁੱਖ, ਮੈਗੀ ਮੈਂ ਚਲ ਮੈਗੀ ਬਣਾ ਲੈਂਦੇ ਹਾਂ ਬੈਠੇ ਬੈਠੇ ਦੁਪਹਿਰੇ ਵਿਹਲੇ ਬੈਠੇ ਕੀ ਕਰਾਂਗੇ। ਅਤੇ ਅੱਜ ਹੈਪੀ ਵੀ ਹੈ ਨਹੀਂ ਦੁਕਾਨ 'ਤੇ, ਉਹ ਕਿਸੇ ਦੇ ਘਰ ਕੰਮ ਲੱਗਿਆ ਪਿਆ, ਨਹੀਂ ਅੱਗੇ ਹੈਪੀ ਕੋਲ ਗੇੜੇ ਗੂੜੇ ਕੱਢ ਕੇ ਟਾਈਮ ਪਾਸ ਜਿਹਾ ਹੋ ਜਾਂਦਾ ਸੀ। ਚਲੋ ਮੈਂ ਵਿਹਲੇ ਬੈਠੇ ਬਣਾ ਲੈਂਦੇ, ਖਾ ਲਵਾਂਗੇ। ਆ ਗਿਆ ਇੱਕ ਮਿੰਟ, ਇੱਕ ਮਿੰਟ ਆਉਣਾ ਦੱਸਦਾ। ਪਾਇਆ 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 ਚੰਗਾ। ਲੋ ਮੈਗੀ ਸਾਡੀ ਬਣ ਗਈ, ਇੱਧਰ ਮੈਗੀ ਅਤੇ ਮੈਗੀ ਨਾਲ ਚਾਹ। ਗੁੱਡੂ ਨੂੰ ਅੱਜ ਅਸੀਂ ਨਵੀਂ ਸਾਈਕਲ ਹੀ ਲਿਆ ਕੇ ਦੇ ਦਿੱਤੀ, ਰੋਜ਼ ਟੁੱਟੀ ਜਿਕੜੀ ਸੀ ਰੱਖਦੀ ਸੀ, ਮੈਂ ਕਿਹਾ ਚੱਲ ਅੱਜ ਨਵੀਂ ਲਿਆ ਹੀ ਦਿੰਦੇ ਇਹਨੂੰ। ਆ ਸੀ ਸਾਡੀ ਅੱਜ ਦੀ ਵੀਡੀਓ ਕਰਦੇ ਇੱਥੇ ਐਂਡ 'ਚ। ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਦੇ, ਚੈਨਲ ਨੂੰ ਪਹਿਲੇ ਸਬਸਕ੍ਰਾਈਬ, ਅਗਲੀ ਵੀਡੀਓ ਫਿਰ ਮਿਲਾਂਗੇ। ਬਾਏ। ਠੰਡਾਂ 'ਚ ਪੂਰੀ ਫੁੱਲ ਜ਼ਬਰਦਸਤ ਹੋਈ ਪਈ, ਮੈਂ ਤਾਂ 2-2 ਕੋਟੀਆਂ ਪਾਈ ਬੈਠਾ, ਥੱਲੋਂ ਦੀ ਸਵੈਟ ਜੀ ਪਾਈ ਬੈਠਾ, ਉੱਤੋਂ ਦੀ ਕੋਟ, ਠੰਡੀ ਵਾਹੀ ਹੋਈ ਪਈ ਆਵਾਜ਼ 'ਚ। ਆ ਕੇ ਚੱਕੀ ਫਿਰਦਾ, ਲੈ ਹੁਣ ਮੌਕੇ ਦੀ ਆ ਗਿਆ, ਜਾ ਤੜਕਾ ਤਾਂ ਨਹੀਂ ਲੱਗਿਆ ਹਾਂ, ਨਾ ਕੋਈ ਸਾਗ ਵੀ ਆ ਗਿਆ। ਸਵੇਰ ਵਾਲੀ ਦਾਲ ਸਬਜ਼ੀ ਦਾ ਤਾਂ ਹੋ ਗਿਆ ਹੱਲ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ, ਅਤੇ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੰਗੀ ਸਿਹਤ, ਲੰਮੀ ਉਮਰ, ਤੰਦਰੁਸਤੀਆਂ ਬਖਸ਼ੇ, ਖੁਸ਼ੀਆਂ ਬਖਸ਼ੇ, ਚੜ੍ਹਦੀ ਕਲਾ 'ਚ ਰੱਖੇ, ਅਤੇ ਤੁਹਾਡੇ ਲਈ ਸਾਰੇ ਲਈ ਖੁਸ਼ੀਆਂ ਭਰਿਆ ਹੋਵੇ ਇਹ ਸਾਲ। ਬਾਕੀ ਅੱਜ ਕੱਲ੍ਹ ਠੰਡ ਵੀ ਬਹੁਤ ਜ਼ਿਆਦਾ ਹੋਈ ਪਈ ਹੈ, ਆਪਣਾ ਅਤੇ ਆਪਣੇ ਬੱਚਿਆਂ ਦਾ ਠੰਡ ਤੋਂ ਬਚਾਅ ਰੱਖੋ, ਧਿਆਨ ਰੱਖੋ, ਕਿੰਨੂ ਕਿੰਨੂ ਖਾਣ ਤੋਂ ਪਰਹੇਜ਼ ਕਰੋ, ਅਤੇ ਦਹੀਂ ਲੱਸੀ ਤੋਂ ਪਰਹੇਜ਼ ਕਰੋ, ਠੰਡੇ ਪਾਣੀ ਤੋਂ ਪਰਹੇਜ਼ ਕਰੋ, ਅਤੇ ਸਿਰ 'ਤੇ ਟੋਪੀ ਟਾਪੀ ਲੈ ਕੇ ਰੱਖਿਆ ਕਰੋ, ਦੇ ਕੇ ਰੱਖਿਆ ਕਰੋ ਜਵਾਕਾਂ ਨੂੰ। ਸਾਡਾ ਕਹਿਣਾ ਤਾਂ ਫਰਜ਼ੀ ਹੈ ਅਤੇ ਬਾਕੀ ਤੁਹਾਡੀ ਮਰਜ਼ੀ ਹੈ। ਅਤੇ ਠੰਡ ਦੇਖੋ ਇੱਧਰ ਕਿੰਨੀ ਹੋਈ ਪਈ ਹੈ, ਦੇਖਣ 'ਚ ਨਹੀਂ ਲੱਗਦਾ, ਦੇਖਣ 'ਚ ਐਂ ਲੱਗਦਾ ਮੌਸਮ ਸਾਫ਼ ਹੈ, ਪਰ ਠੰਡੀ ਹਵਾ ਚੱਲਦੀ ਹੈ, 2 ਮਿੰਟ ਬਾਹਰ ਨਹੀਂ ਖੜ੍ਹਾ ਜਾਂਦਾ, ਐਂ ਲੱਗਦਾ ਜਿਵੇਂ ਫਰਿੱਜ 'ਚੋਂ ਕੱਢਿਆ ਹੁੰਦਾ, 2 ਮਿੰਟ ਜੇ ਬਾਹਰ ਖੜ੍ਹ ਜਾਂਦੇ, ਕੰਨ ਜਿਹਾ ਠੰਡੇ ਠੰਡੇ ਹੋ ਜਾਣਗੇ, ਹੱਥ ਵੀ।